ਅਸੀਂ ਜੀ ਸਾਡੇ ਨਾਲ ਤਾਂ ਬਾਂਦਰ ਹੀ ਚੰਗਾ ਹੈ ਨਾ, ਜਿਹਨੂੰ ਬਿਜਲੀ ਦਾ ਬਿੱਲ ਆਉਂਦਾ, ਨਾ ਗੈਸ ਦਾ ਬਿੱਲ ਆਉਂਦਾ, ਨਾ ਫਾਇਲਰ ਬਣਨ ਦੀ ਟੈਨਸ਼ਨ। ਪਾਗੋਰੀ ਜੀ, ਜੰਗਲ 'ਚ ਵੀ ਬੜੀ ਮਹਿੰਗਾਈ ਹੋ ਗਈ ਹੈ। ਇਹ ਵੇਖੋ ਹਾਥੀ ਆਪਣੀ ਸੁੰਡ ਗਿਰਵੀ ਰਖਾ ਕੇ ਗੰਨੇ ਚੂਬ ਬੈਠਾ। ਇਹ ਵੇਖੋ ਯਾਰ, ਬਾਂਦਰ ਵਿਚਾਰਾ ਆਪਣੀ ਖਲ ਲਾ ਕੇ ਵੇਚ ਬੈਠਾ, ਹੁਣ ਕਿਸੇ ਬੰਦੇ ਕੋਲੋਂ ਕੱਪੜੇ ਮੰਗ ਕੇ ਪਾਏ। ਇਹ ਵੇਖੋ ਲੂਣੀ ਮਹਿੰਗਾਈ ਤੋਂ ਪਾਗਲ ਹੋ ਕੇ ਏਸੀ ਜਾ ਰਹੀ ਹੈ। ਯਾਰ ਬਸ ਕਰੋ, ਅਗਲੀ ਫਿਲਮ ਦੇਖੋ। ਯੇ ਲੈ ਜੀ, ਮਰਦ ਜ਼ਿੰਦਗੀ ਕੇ ਹਰ ਮੁਸ਼ਕਿਲ ਮੁਕਾਮ ਸੇ ਗੁਜ਼ਰ ਸਕਤਾ ਹੈ, ਲੇਕਿਨ ਵਹਾਂ ਸੇ ਨਹੀਂ ਗੁਜ਼ਰ ਸਕਤਾ ਜਹਾਂ ਉਸਕੀ ਬੀਵੀ ਨੇ ਪੋਚਾ ਲਗਾਇਆ ਹੋ। ਗਰੇਲੂ ਮੀਮ ਹੈ ਯੇ, ਕੌਣ ਗੁਜ਼ਰਾ ਯਹਾਂ ਸੇ ਗੰਦੀ ਜੂਤੀ ਲੈ ਕਰ। ਅੰਮੀ ਅੱਬੂ, ਯੇ ਮੀਮ ਉਨ ਲੋਗੋਂ ਕੇ ਲੀਏ ਹੈ ਜਿਸਕੇ ਘਰ ਮੇਂ ਬੀਵੀ ਪੋਚਾ ਲਗਾਤੀ ਹੈ। ਕੌਣ ਸਮਝੇ ਇਸ ਗਹਿਰਾਈ ਕੀ। ਬਸ ਯਾਰ ਖਤਮ ਕਰੋ, ਦੇਖ ਲੈ ਲੋ। ਲੈ ਜੀ, ਆਜ ਆਪਕੋ ਫਿਰ ਦਿਖਾਤੇ ਹੈ ਸੋਸ਼ਲ ਮੀਡੀਆ ਸੇ ਮੁੰਤਖਬ ਕੀ ਗਈ ਕੁਛ ਮਜ਼ੇ ਮਜ਼ੇ ਕੀ ਮੀਮ। ਅੱਛਾ ਅੱਛਾ, ਬਸ ਬਸ ਯੇ ਦੇਖੋ ਯਾਰ, ਯੇ ਮਿਊਜ਼ਿਕ ਕੇ ਖਿਲਾਫ ਹੈ ਯਾਰ, ਯੇ ਮਿਊਜ਼ੀਕਲ ਪ੍ਰੋਗਰਾਮ ਨਹੀਂ ਹੈ, ਮੀਮਸ ਇੰਜੋਏ ਕਰੋ। ਜੀ ਦਿਖਾਏ, ਯੇ ਲੈ ਜਨਾਬ ਪਹਿਲੀ ਮੀਮ ਦੇਖੀਏ। ਬੀਸ ਲੱਖ ਦੇ ਕਰ ਸੋਲਰ ਲਗਵਾਉਣੇ ਕੀ ਬਜਾਏ 10 ਲੱਖ ਦੇ ਕਰ ਭਾਈ ਕੋ ਵਾਪਡਾ ਮੇ ਲਗਵਾ ਦੇ। ਖੂਬਸੂਰਤ ਬਾਤ ਕੀ, ਦੇਖੋ ਨਾ ਜਰਾ, ਭਾਈ ਵਾਪਡਾ ਮੇ ਹੋਗਾ ਤੋ ਨਾ ਆਪਕੋ ਬਿੱਲ ਆਉਣਾ ਹੈ ਔਰ ਨਾ ਆਪਕੀ ਕਿਸੀ ਨੇ ਬਿਜਲੀ ਚੋਰੀ ਪਕੜਨੀ ਔਰ ਨਾ ਹੀ ਆਪਕੀ ਲੋਡ ਸ਼ੈਡਿੰਗ ਹੋਣੀ ਹੈ। ਔਰ ਉੱਪਰ ਸੇ ਤਾ ਹਯਾਤ ਪੈਨਸ਼ਨ ਵੀ ਮਿਲੇਗੀ। ਇੰਤਹਾਈ ਵਾਹ ਹਯਾਤ ਹੋ ਤੁਮ, ਬਿਜਲੀ ਕਾ ਮਸਲਾ ਹੱਲ ਹੋ ਜਾਏ ਇਤਨਾ ਹੀ ਬੜਾ ਹੈ, ਉੱਪਰ ਸੇ ਤੁਮ ਪੈਨਸ਼ਨ ਵੀ ਯਾਦ ਕਰਾ ਰਹੇ ਹੋ। ਯਾਰ ਇਸਸੇ ਇਸ ਬਾਤ ਕਾ ਅੰਦਾਜ਼ਾ ਲਗਾਏ ਕਿ ਆਵਾਮ ਕੇ ਸਾਥ ਜੋ ਹੋ ਰਹੀ ਹੈ ਉਸਸੇ ਹਰ ਬੰਦਾ ਦੋ ਨੰਬਰ ਤਰੀਕਾ ਸੋਚ ਰਿਹਾ ਹੈ। ਯਾਰ ਆਪ ਹੈਰਾਨ ਹੋਗੇ ਸੁਣ ਕੇ, ਮੈਨੇ ਇੱਕ ਗਾਉਂ ਮੇ ਦੇਖਿਆ ਮਸੀਤ ਵਾਲਿਆਂ ਨੇ ਵੀ ਕੁੰਡਾ ਪਾਇਆ ਸੀ। ਅਬ ਦੇਖੇ ਨਾ ਯਾਰ ਹੋ ਕਿਆ ਰਹਾ ਹੈ। ਇੱਕ ਮੌਲਵੀ ਸਾਹਿਬ ਕੀ ਤੋਂ ਵੀਡੀਓ ਆਈ ਹੈ, ਉਹਨਾਂ ਨੇ ਗੁੱਸੇ ਮੇ ਕੁੰਡੀ ਲਗਾ ਕੇ ਮਸਜਿਦ ਕਾ ਤਾਲਾ ਲਗਾ ਦੀ ਹੈ। ਉਹਨਾਂ ਕਿਹਾ ਭਾਈ ਜੀ ਬਿਜਲੀ ਦਾ ਬਿੱਲ ਸਾਡੇ ਕੋਲ ਨਹੀਂ ਦਿੱਤਾ ਜਾਂਦਾ, ਘਰੋ ਘਰੀ ਨਮਾਜ਼ ਪੜੋ। ਵਾਕਈ ਸੀਰੀਅਸਲੀ ਬੜਾ ਜ਼ੁਲਮ ਹੋ ਰਿਹਾ, ਬੜਾ ਜ਼ੁਲਮ ਹੋ ਰਿਹਾ। ਅੱਛਾ ਜੀ ਅਗਲੀ ਮੀਮ ਦੇਖੇ। ਯੇ ਲੈ ਜੀ, ਮੌਸਮ ਪਹਾੜੋਂ ਪਰ ਘੂਮਨੇ ਵਾਲਾ ਹੈ ਔਰ ਮਾਲੀ ਹਾਲਾਤ ਪਹਾੜੋਂ ਸੇ ਕੂਦਨੇ ਵਾਲੇ ਹੈ। ਹਰ ਤਰਫ ਆਹੋ ਬਕਾਈਏ, ਯਾਰ ਕਿਆ ਦਿਲਚਸਪ ਮੀਮਸ ਆ ਰਹੀ ਹੈ ਵੈਸੇ। ਹਾਂ ਮਗਰ ਇਸਕੇ ਸਾਥ ਸਾਥ ਯੇ ਵੀ ਦੇਖੇ ਕਿ ਆਵਾਮ ਕੀ ਖਾਹਿਸ਼ਾਤ ਵੀ ਖਤਮ ਹੋਣੇ ਕਾ ਨਾਮ ਨਹੀਂ ਲੇ ਰਹੀ। ਬਿਲਕੁਲ, ਯਾਨੀ ਪਹਾੜ ਸੇ ਕੂਦਨਾ ਵੀ ਚਾਹ ਰਹਾ ਔਰ ਪਹਾੜੋਂ ਪੇ ਘੂਮਨਾ ਵੀ ਚਾਹ ਰਹਾ। ਲੇਕਿਨ ਯਾਰ ਇੱਕ ਦਿਲਚਸਪ ਬਾਤ ਯੇ ਕਿ ਇਤਨੇ ਮੁਸ਼ਕਿਲ ਹਾਲਾਤ ਨੇ ਵੀ ਨਾ ਹੰਸਨੇ ਆਸਾਨੇ ਕਾ ਤਰੀਕਾ ਹਮ ਢੂੰਢ ਹੀ ਲੇਤੇ ਹੈਂ। ਹਾਂ ਯੇ ਵੀ ਇੱਕ ਬਿਲਕੁਲ ਅਲਹਮਦੁਲਿਲਾ ਮਜ਼ੇ ਕੀ ਬਾਤ ਹੈ ਕਿ ਲੋਕ ਜ਼ਿੰਦਾ ਦਿਲ ਹੈ, ਮਗਰ ਇਸ ਜ਼ਿੰਦਾ ਦਿਲੀ ਨੇ ਹਮੇ ਨੁਕਸਾਨ ਵੀ ਬਹੁਤ ਪਹੁੰਚਾਇਆ। ਬਿਲਕੁਲ, ਵੋ ਜੋ ਇੱਕ ਸੀਰੀਅਸਲੀ ਜੋ ਸਟੈਪ ਲੈਣਾ ਹੈ ਨਾ ਜੀ, ਵੋ ਹਮਸੇ ਨਹੀਂ ਹੋ ਪਾ ਰਹਾ ਇਸੀ ਜ਼ਿੰਦਾ ਦਿਲੀ ਕੀ ਵਜ੍ਹਾ। ਯਾਰ ਸੀਰੀਅਸ ਕਹਾਂ ਸੇ ਹੋਂਗੇ, ਇਤਨੇ ਭਾਰੀ ਭਰਕਮ ਬਿੱਲ ਆ ਰਹੇ ਹੈਂ, ਯੇ ਸੀਰੀਅਸ ਹੋਣੇ ਵਾਲੀ ਕੋਈ ਬਾਤ ਹੈ? ਸੀਰੀਅਸ ਹੋਣੇ ਵਾਲੀ, ਇਹਨੂੰ ਹੀ ਤਾਂ ਕਹੀਦਾ ਹੋਰ ਚੁੱਪੋ, ਪਹਿਲੇ ਹੀ ਕੋਈ ਸੀਰੀਅਸ ਕਦਮ ਉਠਾਏ ਨਾ ਸੋਚ ਸਮਝ ਕੇ। ਬਿਲਕੁਲ,
फैसले वो करें जो फिर आपको फायदा पहुंचाए। मैं ये कहना चाह रहा हूं एवं हूं अपने अपने जाति फायदे की वजह तो तुसी अगर बाहर निकल के ते अपने काम कुम करके ते वोट शोट दे के घर आ जाओगे फिर तो ताडे नाल एहो ही होवेगी। अच्छा यार ये एक और मीम है जी, ये देखें, रोटी 15 रुपए की है मगर पंखा चलाकर मत खाएं वरना यही रोटी 60 रुपए की हो जाएगी। काट की भी हो जाएगी और सूख भी जाएगी। शबाज शरीफ साहब इन्हें तो तुसी कुछ करो भजी को नहीं जी होन डे हूँ ते को भी कुछ नहीं डे इतनी महंगी तो देसी घ्यो से चोपड़ी हुई रोटी नहीं होती जितनी महंगी इस पखे के नीचे सुखी रोटी हो गई। यार दौरे कर तो रहे हैं वजीर आजम साहब और क्या करें। लो गरी दौरों से ये महंगाई मिटाई न जाए। अली अपना घर सीधा करना पड़ेगा गौरी। आए तुम तो माशाल्लाह समझदार नहीं हो। बस बस जाने दें, ये अगली मीम देखें है। ये ले जी, महंगाई से घबरा कर कोई गलत कदम ना उठाएं, बल्कि डिस्कवरी चैनल देखें, उसमें जंगल में रहने के तरीके बताए जाते हैं। वाह वाह वाह, की करना जी यार, खुदा दा वास्ता जी की करना जी, ये सोशल मीडिया दा की करना जी, या कोई सोशल मीडिया दा कर लो तो या फिर मुजफ्फर दा कुछ कर लो। ओ बेचारा मीम्स पढ़ पढ़ के देखो मीम अर गई हो गई। ਬਾਬੂ ਜੀ ਕਿੱਥੋਂ ਇੰਨੀਆਂ ਮੀਮਾਂ ਇਕੱਠੀਆਂ ਕਰਦੇ? ਤੂੰ ਵੀ ਵੇਖੇ ਤੇ ਇਕੱਠੀਆਂ ਕਰ ਲਵੇ, ਤੂੰ ਸਾਰਾ ਦਿਨ ਤੇ ਲੰਗਰ ਵਾਲ ਵੇਂਦਾ ਰਹਿੰਦਾ। ਬਾਤ ਤੋ ਇਸ ਮੀਮ ਵਾਲੇ ਕੀ ਠੀਕ ਹੈ ਨਾ, ਅਗਰ ਇਧਰ ਜੰਗਲ ਕਾ ਕਾਨੂੰਨ ਹੀ ਰਹਿਣਾ ਹੈ ਤੋ ਫਿਰ ਜੰਗਲ ਮੇ ਰਹਿਣੇ ਕੇ ਤਰੀਕੇ ਹੀ ਸਿੱਖ ਲੈ, ਪੱਤੇ ਬੰਨ ਕੇ ਫਿਰੋ, ਛੱਡੋ ਕੱਪੜੇ ਕੁਪੜੇ, ਤੁਸੀਂ ਗੈਸ ਵੀ ਖਤਮ ਹੋਣੇ ਵਾਲੀ ਹੈ, ਪੱਥਰ ਸੇ ਆਗ ਜਲਾਣੀ ਸਿੱਖੇ, ਯਾਨੀ ਕਿ ਛਿਲਕੇ ਜ਼ਮੈਦ ਕੇਲਾ ਖਾਣੇ ਕੀ ਆਦਤ ਡਾਲੇ। ਛਿਲਕਾ ਤੋ ਉਤਾਰ ਲੋ ਤੇ ਬਾਂਦਰ ਵੀ ਸਿੱਖ ਗਏ। ਅਸੀਂ ਜੀ ਸਾਡੇ ਨਾਲ ਤਾਂ ਬਾਂਦਰ ਹੀ ਚੰਗਾ, ਨਾ ਜਿਹਨੂੰ ਬਿਜਲੀ ਦਾ ਬਿੱਲ ਆਉਂਦਾ, ਨਾ ਗੈਸ ਦਾ ਬਿੱਲ ਆਉਂਦਾ, ਨਾ ਫਾਇਲਰ ਬਣਨ ਦੀ ਟੈਨਸ਼ਨ। ਭਾ ਗੌਰੀ ਜੀ ਜੰਗਲ 'ਚ ਵੀ ਬੜੀ ਮਹਿੰਗਾਈ ਹੋ ਗਈ ਹੈ, ਇਹ ਵੇਖੋ ਹਾਥੀ ਆਪਣੀ ਸੁੰਡ ਗਿਰਵੀ ਰਖਾ ਕੇ ਗੰਨੇ ਚੂਬ ਬੈਠਾ। ਇਹ ਵੇਖੋ ਯਾਰ ਬਾਂਦਰ ਵਿਚਾਰਾ ਆਪਣੀ ਖਲ ਲਾ ਕੇ ਵੇਚ ਬੈਠਾ, ਹੁਣ ਕਿਸੇ ਬੰਦੇ ਕੋਲੋਂ ਕੱਪੜੇ ਮੰਗ ਕੇ ਪਾਏ। ਇਹ ਵੇਖੋ ਲੂਣੀ ਮਹਿੰਗਾਈ ਤੋਂ ਪਾਗਲ ਹੋ ਗਏ ਸੀ ਜਾ ਰਹੀ। ਯਾਰ ਬਸ ਕਰੋ ਅਗਲੀ ਮੀਮ ਦੇਖੋ। ਯੇ ਲੈ ਜੀ, ਮਰਦ ਜ਼ਿੰਦਗੀ ਕੇ ਹਰ ਮੁਸ਼ਕਿਲ ਮੁਕਾਮ ਸੇ ਗੁਜ਼ਰ ਸਕਤਾ ਹੈ, ਲੇਕਿਨ ਵਹਾਂ ਸੇ ਨਹੀਂ ਗੁਜ਼ਰ ਸਕਤਾ ਜਹਾਂ ਉਸਕੀ ਬੀਵੀ ਨੇ ਪੋਚਾ ਲਗਾਇਆ ਹੋ। ਗਰੇਲੂ ਮੀਮ ਹੈ ਯੇ, ਕੌਣ ਗੁਜ਼ਰਾ ਯਹਾਂ ਸੇ ਗੰਦੀ ਜੂਤੀ ਲੈ ਕਰ? ਅੰਮੀ ਅੱਬੂ। ये मीम उन लोगों के लिए है जिसके घर में बीवी पोचा लगाती है। अच्छा, वाह 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 वाह, कौन समझे इस गहराई को। बस यार खत्म करो, देख ले लो। यार अफसोस ना करो, एक और मीम देखो। ये लो जी, बाबा जी लिखते हैं कि औरत तब हार कबूल करती है जब हार सोने का हो। यानी पहले स्टेट अफेयर्स पे मीम आई है, अब डोमेस्टिक अफेयर पे आनी शुरू हो। अब तो जितना महंगा सोना हो गया, मर्द सोने का हार नहीं लेके आता, वैसे ही हार मान जाता है, बल्कि खड़े होके गाना शुरू हो जाता है, तू जीत गयो बेदर्द मैं ततड़ी
ਹਾਰ ਗਈ। ਅਸੀਂ ਜੀ ਹੁਣ ਤੇ ਕੋਈ ਆ ਮਾਇਆ ਨਹੀਂ ਗਾਉਂਦਾ, ਸੋਨੇ ਦਾ ਕਿਲ ਮਾਇਆ, ਹੁਣ ਤੇ ਸਿੱਧਾ ਹੀ ਲੋਹੇ ਦਾ ਕਿਲ ਮਾਇਆ, ਸੋਨੇ ਦੀ ਗੱਲ ਛੱਡ ਦੇ ਵੇਖ ਬਿਜਲੀ ਦਾ ਬਿਲ ਮਾਇਆ। ਵੈਸੇ ਯਾਰ ਹਸੀ ਮਜ਼ਾਕ ਆਪਣੀ ਜਗ੍ਹਾ ਕੇ ਉੱਪਰ, ਲੇਕਿਨ ਮਹਿੰਗਾਈ ਇਤਨੀ ਬੜ ਗਈ ਹੈ, ਇਤਨੀ ਆਗ ਲੱਗ ਗਈ ਚੀਜ਼ੋਂ ਮੇਂ ਕਿ ਲੋਗੋਂ ਕੀ ਤੋ ਬਸ ਹੋ ਗਈ ਹੈ। ਨਾਜ਼ਰੀਨ, ਇਹ ਤਾਂ ਅੱਜ ਕਾ ਹਸਬੇ ਹਾਲ। ਆਪਸੇ ਇਜਾਜ਼ਤ ਲੈਣੇ ਸੇ ਪਹਿਲੇ ਇੱਕ ਖੂਬਸੂਰਤ ਬਾਤ, ਗਲਤੀ ਇਸ ਬਾਤ ਕਾ ਸਬੂਤ ਹੈ ਕਿ ਆਪ ਕੋਸ਼ਿਸ਼ ਕਰ ਰਹੇ ਹੈਂ। ਵਾਹ, ਆਪਣੇ ਮੇਜ਼ਬਾਨ ਫਰੀਦ ਰਈਸ ਕੋ ਇਜਾਜ਼ਤ ਦੀਜੀਏ, ਆਇੰਦਾ ਹਫਤੇ ਆਪਸੇ ਫਿਰ ਮੁਲਾਕਾਤ ਕਰੇਂਗੇ ਇਨਸ਼ਾ ਅੱਲਾਹ। ਤਬ ਤੱਕ ਕੇ ਲੀਏ ਅੱਲਾਹ ਹਾਫਿਜ਼।